ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ ਫਿਲਹਾਲ ਤਾਂ ਆਪਾਂ ਸਰਵੇ ਨਹੀਂ ਕਰ ਰਹੇ ਪਰ ਕੁਝ ਜਿਹੜੇ ਸਵਾਲ ਨੇ ਲੋਕਾਂ ਦੇ ਸਵਾਲ ਨੇ ਜਨਤਾ ਦੇ ਸਵਾਲ ਨੇ ਮੇਰੇ ਸਵਾਲ ਨੇ ਮੇਰੀ ਘਰਵਾਲੀ ਦੇ ਸਵਾਲ ਨੇ ਤੁਹਾਡੀ ਵੀ ਘਰਵਾਲੀ ਦਾ ਸਵਾਲ ਹੋਏਗਾ ਕੁਝ ਮੈਂ ਤਾਂ ਜੀ ਹਲੇ ਬੈਚੁਲਰ ਹਾਂ ਜੀ ਬੈਚੁਲਰ ਹਾਂ ਜੀ ਕਿਆ ਬਾਤ ਹੈ ਅੰਗਰੇਜ਼ੀ ਵੀ ਜਾਣਦਾ ਵੀਰ ਜਿਹੜਾ ਆ ਪੜ੍ਹਿਆ ਲਿਖਿਆ ਵੀ ਲੱਗਦਾ ਹੈ ਕਿੰਨਾ ਪੜ੍ਹੇ ਪਹਿਲਾਂ ਸਵਾਲ ਇਹੀ ਪਿੰਡ ਜੀ ਪੰਜ ਤੱਕ ਹੁੰਦੀ ਸੀ ਜੀ ਪੰਜ ਤੱਕ ਪਿੰਡ ਹੀ ਪੜ੍ਹਿਆ ਜੀ ਪਿੰਡ ਤੱਕ ਪੜ੍ਹੇ ਠੀਕ ਹੈ ਜੀ ਚਲੋ ਅੱਜ ਤੁਹਾਨੂੰ ਪਤਾ ਆਪਾਂ ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ ਉਹ ਖੇਡ ਰਹੇ ਹਾਂਜੀ ਹਾਂਜੀ ਭਾਜੀ ਤੁਹਾਨੂੰ ਵੀ ਬਣਾ ਸਕਦੇ ਹਾਂ ਆਪਾਂ ਪਤਾ ਭਾਜੀ ਬਸ ਸਵਾਲ ਆਪਾਂ ਇੱਥੋਂ ਪੁੱਛਣੇ ਨੇ ਕਰ ਲਓ ਜੀ ਇੱਕ ਡੱਬਾ ਤੁਸੀਂ ਦੇਖਿਆ ਕੌਣ ਬਣੇਗਾ ਕਰੋੜਪਤੀ ਹਾਂਜੀ ਹਾਂਜੀ ਭਾਜੀ ਦੇਖਦੇ ਸਾਰਾ ਪਰਿਵਾਰ ਦੇਖਦਾ ਜੀ ਬਹਿ ਕੇ ਬਸ ਉਵੇਂ ਹੈ ਆਪਣਾ ਕਰੀ ਸ਼ੁਰੂ ਜੀ ਹਾਂਜੀ ਭਾਜੀ ਆ ਦੇ ਉਹ ਬੱਲੇ ਭਾਜੀ ਬੱਲੇ ਨਜ਼ਾਰਾ ਹੀ ਆ ਗਿਆ ਜੀ ਚਲੋ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ ਪ੍ਰੋਗਰਾਮ ਅਸੀਂ ਕਰ ਲਿਆ ਪਰ ਸਾਡੇ ਕੋਲ ਟੇਬਲ ਨਹੀਂ ਸੀ ਹੈਗਾ ਹਾਂਜੀ ਮੁੰਡਾ ਇੰਨਾ ਆਪਣੇ ਕੰਮ ਨੂੰ ਜਿਹੜਾ ਸਮਰਪਿਤ ਆ ਬੱਚਾ ਕਹਿ ਰਿਹਾ ਟੇਬਲ ਨਹੀਂ ਹੈਗਾ ਮੇਰੀ ਲੱਤ ਲੈ ਲਓ ਟੁੱਟੀ ਲੱਤ ਵੀ ਅਗਲੇ ਨੇ ਦਿੱਤੀ ਅਤੇ ਮੈਂ ਉੱਤੇ ਉੱਪਣਾ ਇਹ ਧੱਕੇ ਨਾਲ ਕਰਵਾਇਆ ਜੀ ਇਹਨਾਂ ਨੇ ਟੇਬਲ ਨਹੀਂ ਸੀਗਾ ਧੱਕੇ ਨਾਲ ਨਹੀਂ ਧੱਕਾ ਤਾਂ ਕਰਦਾ ਨਹੀਂ ਜੇ ਤੁਸੀਂ ਕਹਿੰਦੇ ਹੋ ਲਾ ਲੈਂਦੇ ਹੁਣ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਚਲੋ ਕਰਾਂਗੇ ਜੀ ਫਿਰ ਖੇਡਾਂਗੇ ਜੀ ਹਾਂ ਫਿਰ ਵੀ ਧੱਕੇ ਨਾਲ ਕਰਾਇਆ ਜੀ ਕਰੀਏ ਸਵਾਲਾਂ ਦਾ ਹਾਂਜੀ ਹਾਂਜੀ ਕਰੋ ਜੀ ਉਹ ਬੱਲੇ ਭਾਜੀ ਪਹਿਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਮੇਰੇ ਕੋਲ ਤਾਂ ਹੈ ਨਹੀਂ ਭਾਜੀ ਤੁਹਾਡੇ ਕੋਲ ਹੀ ਹੈ ਜੀ ਆਹੋ ਬਸ ਆਪਣੀ ਸਕਰੀਨ ਸਾਂਝੀ ਹੈ ਜੀ ਸਾਂਝੀ ਚਲੋ ਆਪਣਾ ਕੁਝ ਵੰਡਿਆ ਯਾਰ ਭਰਾਵਾਂ ਦਾ ਕੋ ਵੰਡਿਆ ਨਹੀਂ ਨਹੀਂ ਸਾਡੇ ਸੀ ਬੈਟ ਬਾਲ ਖੇਡਦੇ ਨਾ ਜਦੋਂ ਮੈਂ ਸਾਂਝਾ ਬੱਲੇ ਹੀ ਬਣਦਾ ਰਿਹਾ ਜੀ ਬਸ ਉਹੀ ਤੁਹਾਡਾ ਮੂੰਹ ਵੀ ਬਿੱਲਿਆਂ ਵਰਗਾ ਹੈ ਹਨਾ ਹੈ ਜੀ ਸਾਂਝਾ ਬਿੱਲੇ ਸਾਂਝਾ ਬਿੱਲਾ ਜੀ ਸਾਂਝਾ ਬਿੱਲਾ ਜੀ ਪਹਿਲਾ ਸਵਾਲ ਆ ਜਿਹੜਾ ਆ ਗਿਆ ਜੀ ਸਵਾਲ ਹੈਗਾ ਜੀ ਕਿਸਾਨ ਕਿਹਨਾਂ ਦੇ ਜਵਾਈ ਨੇ ਆਪਸ਼ਨ ਏ ਹਾਂਜੀ ਇਹ ਕਿਸੇ ਮੰਤਰੀ ਦੇ ਆਪਸ਼ਨ ਬੀ ਜੀ ਅੰਬਾਨੀ ਦੇ ਹਾਂਜੀ ਆਪਸ਼ਨ ਸੀ ਅਡਾਨੀ ਦੇ ਜੀ ਤੇ ਆਪਸ਼ਨ ਬੀ ਮੈਨੂੰ ਨਹੀਂ ਪਤਾ ਤੁਹਾਡੇ ਕੋਲ ਸਿਰਫ 15 ਸੈਕਿੰਡ ਨੇ ਅੱਛਾ ਅੱਛਾ ਇੱਕ ਮਿੰਟ ਭਾਜੀ ਇੱਕ ਮਿੰਟ ਮੈਂ ਉਹ ਕਰ ਸਕਦਾ ਜੀ ਕਿ ਕਿਆ ਕਹਿੰਦੇ ਹੁੰਦੇ ਆ ਜਿਵੇਂ ਮਤਲਬ ਫੋਨ ਮੈਂ ਭਿੰਦੇ ਨੂੰ ਫੋਨ ਕਰਨਾ ਇੱਕ ਵਾਰ ਨਹੀਂ ਤੁਸੀਂ ਹਜੇ ਸਵਾਲਾਂ ਦਾ ਸਿਲਸਿਲਾ 'ਚ ਪਹਿਲਾਂ ਹੀ ਫੋਨ ਮੈਂ ਉਹ ਦੱਸ ਦਵਾਂ ਜੀ ਮੈਗਾ ਟੀਵੀ 'ਤੇ ਆਉਂਦੇ ਮੈਂ ਪਹਿਲੀ ਵਾਰੀ ਉਹ ਤਾਂ ਚਲੋ ਰਿਕਾਰਡਿੰਗ ਚੱਲਣੀ ਹੈ ਸਾਰੀ ਜਗਤ ਨੂੰ ਪਤਾ ਲੱਗ ਜਾਏ ਹਾਂਜੀ ਕਰੀਏ ਸ਼ੁਰੂ ਜੀ ਫਿਰ ਟਾਈਮ ਹੁੰਦਾ ਸ਼ੁਰੂ ਹੋਣਾ ਇੱਕ ਮਿੰਟ ਭਾਜੀ ਇੱਕ ਮਿੰਟ ਮੈਂ ਕਿੱਥੋਂ ਕਰਾਂ ਹੁਣ ਮੈਂ ਇੱਕ ਮਿੰਟ ਮੈਂ ਪੱਤ ਵੀ ਲੈ ਕੇ ਆਇਆ ਭਾਜੀ ਏ ਏ ਏ ਭਾਜੀ ਬਿਲਕੁਲ ਠੀਕ ਆ ਜੀ ਬਿਲਕੁਲ ਠੀਕ ਆ ਜੀ ਤੁਸੀਂ ਹਾਂ ਪਿੰਦਿਆ ਉਹ ਜਿੱਤ ਗਏ ਹੋਏ ਉਹ ਹਜੇ ਤਾਂ ਸ਼ੁਰੂਆਤ ਆ ਅੱਛਾ ਅੱਛਾ ਜੀ ਸ਼ੁਰੂਆਤ ਆ ਇੱਕ ਇੱਕ ਸਵਾਲ ਆ ਖਰੇ ਕਿੰਨੇ ਸਵਾਲ ਹੋਣੇ ਨੇ ਮੈਨੂੰ ਵੀ ਨਹੀਂ ਪਤਾ ਅੱਛਾ ਹਾਂਜੀ ਬਿਲਕੁਲ ਜਿਹੜਾ ਤੁਸੀਂ ਸਵਾਲ ਦਾ ਜਵਾਬ ਬਿਲਕੁਲ ਠੀਕ ਦਿੱਤਾ ਧੰਨਵਾਦ ਭਾਜੀ ਧੰਨਵਾਦ ਕਿਆ ਬਾਤ ਹੈ ਆਨੰਦ ਲੱਗ ਗਿਆ ਕਹਿੰਦੇ ਸਵਾਲ ਆ ਗਿਆ ਤੁਹਾਡੇ ਤੁਸੀਂ ਵੱਡੇ ਹੋ ਭਾਜੀ 2 ਸਾਲ ਵੱਡੇ ਹੋ ਤੁਸੀਂ ਵੱਧ ਦੁਖੀ ਵੱਧ ਦੁਨੀਆ ਦੇਖੀ ਸਾਡੇ ਨਾਲੋਂ ਬਿਲਕੁਲ ਜੀ ਮੈਂ ਤੁਹਾਡੇ ਤੋਂ 2 ਸਾਲ ਵੱਡਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜੀ ਉਹ ਦੱਸਿਆ ਉਹਨਾਂ ਕਹਿੰਦੇ 2 ਸਾਲ ਜੇਲ੍ਹ ਲੈ ਕੇ ਆਏ ਨੇ ਨਹੀਂ ਉਹਨਾਂ ਨੇ ਦੱਸਿਆ ਭਾਜੀ ਉਹਨਾਂ ਨੇ ਪਿੱਛੇ ਪਤਾ ਮੈਂ ਕਿਹੜੇ ਕਾਰਨ ਕਰਕੇ ਜੇਲ੍ਹ 'ਚ ਗਿਆ ਸੀ ਕਿਹਦੇ ਕਾਰਨ ਹਾਂਜੀ ਭਾਜੀ ਕਿੱਦਾਂ ਹੋ ਗਿਆ ਤੁਸੀਂ ਯਾਰ ਨਹੀਂ ਕੀ ਹੋਇਆ ਭਾਜੀ ਦੱਸੋ ਮੈਂ ਬੜਾ ਹਮਦਰਦੀ ਹਾਂ ਤੁਹਾਡਾ ਮੈਂ ਦੱਸੋ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਤੁਸੀਂ ਪਰਸਨਲੀ ਲਾਈਫ ਨੇ ਮੈਂ ਨਹੀਂ ਭਾਜੀ 2 ਮਿੰਟ ਬੰਦ ਕਰ ਲਓ ਆਪਾਂ ਗੱਲ ਕਰ ਲੈਂਦੇ ਆ ਹਾਂਜੀ ਭਾਜੀ ਕੀ ਗੱਲ ਗੱਲ ਨਹੀਂ ਯਾਰ ਮਾਰਿਆ ਮੈਨੂੰ ਸੀ ਮੇਰੀ ਘਰਵਾਲੀ ਨੇ ਅੱਛਾ ਉਲਟਾ ਮੈਂ ਜੇਲ੍ਹ ਦੇ ਇਦਾਂ ਹੀ ਹੈ ਭਾਜੀ ਮੈਂ ਤਾਂ ਹੀ ਮੈਂ ਬੋਲਦਾ ਨਹੀਂ ਘਰੇ ਨਹੀਂ ਮੈਂ ਬੋਲਦਾ ਤੁਸੀਂ ਤਾਂ ਕੁਆਰੀ ਨਹੀਂ ਨਹੀਂ ਪਰ ਫੀਲਿੰਗ ਲੈ ਲਈ ਦੀ ਹੈ ਜੀ ਕੀ ਕਰੀਏ ਭਾਜੀ ਠੀਕ ਹੈ ਹੁਣ ਡਾਈਕ ਹੋਰ ਤਾਂ ਕਰੀ ਜਾਈਏ ਮੈਨੂੰ 2 ਸਾਲ ਭੁੱਲ ਗਏ ਮੇਰੇ ਕੋਈ ਚੱਕਰ ਨਹੀਂ ਸੌ ਖਾਓ ਮੈਂ ਨਵਾਂ ਕਰਾ ਲਿਆ ਚਲੋ ਯਾਰ ਭਾਜੀ ਜ਼ਿੰਦਗੀ ਜ਼ਿੰਦਗੀ ਥੋੜੀ ਆ ਸਾਡਾ ਇੱਕ ਨਹੀਂ ਹੁੰਦਾ ਤੁਸੀਂ 2 ਕਰਾ ਲੈ ਭਾਜੀ ਕੋਈ ਚੱਕਰ ਨਹੀਂ ਹੈਗਾ ਤੇਰਾ ਵੀ ਕਰਾ ਲਾਂਗੇ ਕਰਾਓ ਭਾਜੀ ਅੱਛਾ ਲੱਗਦਾ ਯਾਰ ਤੂੰ ਨਹੀਂ ਮੈਂ ਕਹਿੰਦਾ ਕਰਾਓ ਭਾਜੀ ਚਲੋ ਅਗਲਾ ਸਵਾਲ ਪੁੱਛਦੇ ਹਾਂ ਜੀ ਚਲੋ ਗਾ ਜਾ ਜਾ ਠੀਕ ਹੈ ਜੀ ਅਗਲਾ ਸਵਾਲ ਤੁਹਾਡੀ ਡਿਸਪਲੇ ਦੇ ਉੱਪਰ ਆਇਆ ਸਾਂਝੀ ਭਾਜੀ ਹਾਂ ਸਾਂਝਾ ਸਾਂਝਾ ਆਪਣਾ ਸਾਰਿਆਂ ਦਾ ਸਾਂਝਾ ਸਵਾਲ ਹੈਗਾ ਜੀ ਜਿਹੜਾ ਪਿੱਛੇ ਗਾਣਾ ਚੱਲ ਰਿਹਾ ਹੁਣ ਗਾਣਾ ਚੱਲੂਗਾ ਇੱਕ ਹਾਂਜੀ ਇਹ ਕਿਹੜੇ ਕਲਾਕਾਰ ਠੀਕ ਹੈ ਜੀ ਸੁਣ ਰਹੇ ਜੀ ਹੋ ਗਿਆ ਜੀ ਹਾਂ ਹੋ ਗਿਆ ਇੰਨਾ ਕੀ ਦੇਣਾ ਟਾਈਮ ਅੱਛਾ ਹਾਂ ਨੰਬਰ 1 ਨੀਟੂ ਛੱਟਰਾਂ ਵਾਲਾ ਨੰਬਰ 2 ਬਲਕਾਰ ਅਣਖੀਲਾ ਹਾਂ ਥੋੜੇ ਟਾਈਮ ਦਾ ਥੋੜੇ ਟਾਈਮ ਦਾ ਨੰਬਰ 3 ਨਛੱਤਰ ਛੱਤਾ ਕਰ ਲਓ ਗੱਲ ਨੰਬਰ 4 ਸਿੱਧੂ ਮੂਸੇ ਵਾਲਾ
ਮੈਂ ਕਿਹਾ ਭਾਅ ਜੀ ਇਹ ਤਾਂ ਬਿਨਾਂ ਸੋਚੇ ਸਮਝੇ ਮੈਂ ਤੁਹਾਨੂੰ ਦੱਸ ਦਿੰਦਾ। ਚਲ ਦੱਸੋ ਆਪਸ਼ਨ ਕਿਹੜੀ ਆ? ਆਪਸ਼ਨ ਏ ਜੀ। ਆਪਸ਼ਨ ਏ ਨੀਟੂ ਸ਼ਟਰਾਂ ਵਾਲਾ। ਨੀਟੂ ਸ਼ਟਰਾਂ ਵਾਲਾ ਜੀ। ਕਿਹੜਾ ਜੀ ਗਾ ਕੇ ਸੁਣਾ ਦੋ ਫਿਰ। DJP ਪੰਜਾਬ ਦਾ ਇਹੀ ਚੀਜ਼ ਸੀਗਾ। DJP ਪੰਜਾਬ। ਕੀ ਬਾਤ ਹੈ ਜੀ, ਤਾੜੀਆਂ ਰੁਕੜੇ ਨੇ ਚੱਜਾ, ਬਿਲਕੁਲ ਠੀਕ ਆ ਜੀ। ਮੈਂ ਵੀ ਮਾਰਨਾ ਤਾੜੀ, ਮੂੰਹ ਮੱਥੇ ਲੱਗਣਾ ਤੂੰ ਯਾਰ। ਧੰਨਵਾਦ ਜੀ, ਧੰਨਵਾਦ ਜੀ। ਕੀ ਬਾਤ ਹੈ। ਚਲੋ ਜੇ ਤੁਸੀਂ 1 ਕਰੋੜ ਰੁਪਏ ਜਿੱਤ ਗਿਆ। ਹਾਂਜੀ, ਕੀ ਕਰੋਗੇ 1 ਕਰੋੜ ਰੁਪਏ ਦਾ? 1 ਕਰੋੜ ਰੁਪਏ ਭਾਜੀ। ਹਾਂ ਭਾਜੀ, ਮੇਰਾ ਸਾਈਕਲ ਖਰਾਬ ਰਹਿੰਦਾ ਭਾਜੀ, ਉਹਦੀ ਚੈਨ ਉਤਰ ਜਾਂਦੀ ਹੈ, ਹੱਥ ਉੱਤੋਂ ਕਾਲੇ ਰਹਿੰਦੇ, ਜ਼ਿਆਦਾਤਰ ਫਿਰ ਇਹਦੇ ਕੰਮ 'ਤੇ ਜਾਈਦਾ, ਬੜਾ ਔਖਾ ਹੁੰਦਾ। ਚੈਨ ਕਵਾਂਗੇ ਜੀ ਸਿਰ ਪਹਿਲਾਂ, ਚੈਨ ਦਾ ਕੰਮ ਬੜਾ ਔਖਾ ਜੀ। ਭਾਜੀ 1 ਕਰੋੜ ਰੁਪਏ ਦੇ ਤੁਸੀਂ ਭਾਵੇਂ ਹਜ਼ਾਰਾਂ ਸਾਈਕਲ ਲੈ ਲਓ, 5 ਸਾਈਕਲ ਲੈ ਲਓ ਇਕੱਠੇ। ਕਮਾਲ ਕਰਦੇ ਹੋ ਭਾਜੀ, ਇਹ ਦੱਸ। ਹਾਂਜੀ, ਉਹ ਫਿਰ ਸਾਲਾ ਪੁਰਾਣਾ ਕਿੱਥੇ ਰੱਖਾਂਗੇ ਆਪਾਂ? ਚਲੋ ਠੀਕ ਠੂਕ ਕਰਾ ਲਾਂਗੇ, ਘਰੇ ਰੱਖ ਲਾਂਗੇ ਆਪਾਂ। ਜਾਓ ਯਾਰ। ਨਹੀਂ ਨਹੀਂ, ਸਾਈਕਲ ਤਾਂ ਲਾਵਾਂਗੇ ਜੀ, 5 ਲਾਵਾਂਗੇ ਆਪਾਂ, ਟੈਨਸ਼ਨ ਕਿਹੜੀ ਹੈ ਦੱਸ ਲੈ। ਕੀ ਬਾਤ ਹੈ ਜੀ, ਤੁਸੀਂ 5 ਕਰੋੜ ਕਹਿ ਤਾਂ ਆਪਾਂ ਸਾਈਕਲ 5 ਲੈ, ਗੱਡੀ ਨਹੀਂ ਲੈਣੀ? ਗੱਡੀ ਭਾਜੀ ਹੁਣ 5 ਕਰੋੜ ਦੇ ਵਿੱਚ ਦੱਸੋ, ਗੱਡੀ ਥੋੜੀ ਆਉਂਦੀ। ਇੱਕ ਕਰੋੜ ਰੁਪਏ? ਹਾਂ ਨਹੀਂ, 1 ਕਰੋੜ ਜਦੋਂ 5 ਚ ਨਹੀਂ ਆਉਣੀ ਤੇ 1 ਕਰੋੜ ਚ ਕਿੱਥੋਂ ਆ ਜਾਣੀ ਭਾਜੀ ਗੱਡੀ, ਦੱਸੋ। 1 ਕਰੋੜ ਘੱਟ ਹੁੰਦਾ ਜੀ, ਕਿਵੇਂ ਮਤਲਬ? ਚਲੋ ਗਰੀਬ ਬੰਦਾ ਤਾਂ ਜ਼ਿੰਦਗੀ ਦੇ ਵਿੱਚ, ਮੈਂ ਅਕਸਰ ਅਸੀਂ ਵੀ ਗਰੀਬੀ ਹੰਡਾਈ ਆ, ਗਰੀਬ ਬੰਦਾ ਕਦੋਂ ਵੀ ਜਦੋਂ ਗੱਡੀ 'ਚ ਬੈਠਦਾ ਆ। ਨਹੀਂ ਗੱਡੀ ਤਾਂ ਲੈ ਲਈਏ ਭਾਅ ਜੀ, ਕਿਰਾਇਆ ਵੀ ਦੇਣਾ ਮਕਾਨ ਦਾ, 2500 ਕਿਰਾਇਆ, 2500 ਦਾ ਦੇਖੋ। ਨਹੀਂ 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 ਲਾਵਾਂਗੇ। ਚਲੋ ਸੁਣੋ ਸੀ ਗੱਲ, ਗਰੀਬ ਬੰਦਾ ਜਦੋਂ ਵੀ ਗੱਡੀ 'ਚ ਬੈਠਦਾ, ਉਹਨੂੰ ਪਤਾ ਮੈਨੂੰ ਅੱਗੇ ਕਿਸੇ ਨੇ ਬਿਠਾਉਣਾ, ਆਪੇ ਟਾਕੀ ਖੋਲ ਕੇ ਪਿੱਛੇ ਬਹਿ ਜਾਂਦਾ। ਸੱਚ ਹੈ ਇੱਦਾਂ ਹੀ ਆ? ਹਾਂਜੀ ਇੱਦਾਂ ਹੀ ਹੁੰਦਾ ਜੀ, ਇੱਦਾਂ ਹੀ ਹੁੰਦਾ ਨਾ ਹੁੰਦਾ ਜੀ। ਹੁਣ ਕੀ ਕਰ ਸਕਦੇ? ਹੁਣ ਸਮਾਂ ਹੈ ਬ੍ਰੇਕ ਦਾ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਾਂਗੇ, ਗੱਲਾਂ ਬਾਤਾਂ ਕਰਾਂਗੇ ਅਤੇ ਸਵਾਲ ਪੁੱਛਾਂਗੇ ਭਾਜੀ ਤੋਂ। ਹਾਂਜੀ ਭਾਜੀ, ਬ੍ਰੇਕ ਹੋ ਗਈ, ਬ੍ਰੇਕ ਹੋ ਗਈ ਭਾਜੀ, ਹੋ ਗਈ ਹੋ ਗਈ। ਅੱਛਾ ਭਾਜੀ, ਉਹ ਕੀ ਕਹਿੰਦੇ ਤੁਸੀਂ ਵੀ ਜੇਲ੍ਹ ਜਾ ਕੇ ਆਇਆ? ਮੈਂ ਕਿੱਥੇ ਜਾ ਕੇ ਆਇਆ? ਉਹ ਉੱਥੇ ਜਿੱਥੇ ਗੋਪਾਲਾ ਬਾਬਾ ਜੀ ਮੈਂ ਨਾਲ ਰਹਿ ਗਿਆ ਉੱਥੇ। ਲੈ ਹੋਰ ਝੂਠ ਬੋਲਦੇ ਤਾਂ ਦੱਸ। ਮੈਂ ਝੂਠ ਬੋਲਦਾ ਯਾਰ? ਸੱਚੀ ਗੱਲ, ਮੈਂ ਮੂੰਹ ਮੱਥੇ ਲੱਗਣਾ ਯਾਰ, ਕਿੰਨੇ ਝੂਠ ਬੋਲਾਂਗਾ ਕੀ ਭਾਜੀ? ਕਿਵੇਂ ਫਿਰ ਕਹਿੰਦੇ ਬੜਾ ਉਹ ਮੰਤਰਾ ਜਿਹਾ ਬੰਦਾ ਅੰਦਰੋਂ ਹੈ, ਕਹਿੰਦੇ ਦਾਲੀ ਦੂਲੀ ਕਰਨੀ ਹੈ ਦਾਈ। ਓਏ ਉੱਥੇ ਖੰਗਣ ਦਿੰਦੇ ਬਗਾਨੇ ਪੁੱਛ। ਲੈ ਹੋਰ ਹੋਰ ਖੰਗਣ ਵੀ ਨਹੀਂ ਦਿੰਦੇ? ਨਾ, ਦਵਾਈ ਦਵਾਈ ਉਹ ਤੇ ਖੰਘ ਦੀ ਦਵਾਈ ਅੰਦਰ ਹੀ ਹੈ ਨਾ। ਲੈ ਦੱਸ ਉਹ ਭਾਜੀ ਕੀ ਕਹੀ ਹੈ? ਰੋਲਾ ਵੀ ਚੱਲਿਆ ਸੀ ਨਾ, ਉਹ ਕਹਿੰਦਾ, ਉਹ ਜੇਲਰ ਨੂੰ ਕਹਿੰਦਾ ਕਿ ਮੈਨੂੰ ਦਾੜੀ ਕਰਲੀ ਕਰਨ ਦਿਓ। ਲੈ ਹੋਰ ਜੇਲਰ ਪਤਾ ਕੀ ਕਹਿੰਦਾ? ਹਾਂ, ਕਹਿੰਦਾ ਮੂੰਹ ਤਾਂ ਕਾਲਾ ਕਰਾ ਰਹੇ, ਹੁਣ ਦਾੜੀ ਵੀ ਕਰਾਣੀ। ਲਓ ਭਾਈ ਦੇਖੋ, ਹੁਣ ਜਿਹੜੇ ਬੇਅਦ ਵੀ ਆ ਕਰਨਗੇ ਤੇ ਉਹਨਾਂ ਨਾਲ ਫਿਰ ਤੁਹਾਨੂੰ ਪਤਾ ਹੀ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ, ਹੁਣ ਗੱਲਾਂ ਬਾਤਾਂ ਕਰਾਂਗੇ ਤੇ ਸਵਾਲ ਕਰਾਂਗੇ ਪਿੰਦੇ ਦੇ ਨਾਲ। ਪਿੰਦਾ ਕੈਸਾ, ਕਿਆ ਬਾਤ ਹੈ, ਪਿੰਡ ਵਿੱਚ ਕਿਆ ਬਾਤਾਂ ਲੱਗੀਆਂ, ਨਜ਼ਾਰਾ ਪੂਰਾ ਭਾਜੀ, ਮੈਨੂੰ ਤਾਂ ਮਜ਼ਾ ਹੀ ਬੜਾ ਆਇਆ। ਚੱਲ ਕਰੀਏ ਅੱਗੇ ਜੀ। ਹਾਂਜੀ ਹਾਂਜੀ ਭਾਜੀ, ਅਗਲਾ ਸਵਾਲ ਜੇ ਤੁਸੀਂ ਕੋਈ ਪੁੱਛ ਲੈਣੇ। ਹਾਂਜੀ, ਵਾਹ ਭਾਜੀ, ਆਹ ਬੜਾ ਘੈਂਟ ਕਰਦੇ ਤੁਸੀਂ, ਆਹ ਜਿਹੜਾ ਬੰਨ ਜਾਂਦਾ ਬੰਦੇ ਨੂੰ ਬੜਾ ਨਜ਼ਾਰਾ ਆਇਆ। ਅਗਲਾ ਸਵਾਲ ਤੁਹਾਡੀ ਡਿਸਪਲੇ ਮੇਰੀ ਤੇ ਸਾਂਝੀ, ਤੁਹਾਡੀ ਸਾਰਿਆਂ ਦੇ ਡਿਸਪਲੇ ਦੇ ਉੱਪਰ ਆ ਰਿਹਾ ਜੀ। ਹਾਂਜੀ, ਆ ਫਿਰ ਅੰਗਰੇਜ਼ੀ 'ਚ ਭਾਜੀ ਤੁਸੀਂ ਦੱਸੋ। ਮੈਂ ਦੱਸ ਦਿੰਦਾ ਜੀ। ਹਾਂਜੀ, ਮੈਂ ਪੰਜਾਬੀ ਵਿੱਚ ਲਿਖਿਆ ਤੁਹਾਨੂੰ। ਅੱਛਾ, ਉਹ ਪੰਜਾਬੀ ਆ ਉਹ ਕਰਨ ਤੇ ਭਾਜੀ ਕੱਟ ਦਿਓ ਵਿੱਚ। ਉਹ ਪੰਜਾਬ ਦਾ ਕਿਹੜਾ ਲੀਡਰ ਆ ਜਿਹੜਾ ਸ਼ਰਾਬ ਕਰਕੇ ਬਦਨਾਮ? ਨੰਬਰ ਏ ਭਗਵੰਤ ਮਾਨ, ਬੀ ਕੈਪਟਨ ਅਮਰਿੰਦਰ ਸਿੰਘ, ਸੀ ਸੁਖਬੀਰ ਸਿੰਘ ਬਾਦਲ ਤੇ ਡੀ ਕੀ ਆ? ਹੁਣ ਇਹ ਤਾਂ ਪੜ੍ਹ ਲਾ ਯਾਰ ਭਾਈ। ਮੰਮਾ ਨਵਜੋਤ ਸਿੰਘ ਸਿੱਧੂ। ਅੱਛਾ, ਨਵਜੋਤ ਸਿੰਘ ਸਿੱਧੂ ਆ ਜੀ। ਸਮੇਂ ਲੱਗ ਗਿਆ ਜੀ। ਹਾਂਜੀ ਹਾਂਜੀ, ਪਰ ਮੈਂ ਕਹਿੰਦਾ ਭਾਜੀ ਇੱਥੇ ਤਾਂ ਹੋਰ ਹੀ ਕੁਛ ਹੋਣਾ ਚਾਹੀਦਾ, ਤਾਂ ਸਵਾਲ ਹੀ ਗਲਤ ਆ ਜੀ। ਸਵਾਲ ਗਲਤ ਆ? ਐਡੀ ਟੀਮ ਨੇ ਸਵਾਲ ਬਣਾਇਆ, ਐਡੀ ਟੀਮ ਨੇ ਸਵਾਲ ਬਣਾਇਆ, ਐਡੀ ਟੀਮ ਨੂੰ ਇਹ ਨਹੀਂ ਪਤਾ ਵੀ ਸਾਰੇ ਪੀਂਦੇ ਨੇ? ਇਹ ਸਾਰੇ ਪੀਂਦੇ ਨੇ ਜੀ, ਇਹ ਸਾਰੇ ਪੀਂਦੇ ਨੇ, ਇਹ ਸਾਰੇ ਪੀਂਦੇ ਨੇ, ਤੁਸੀਂ ਦੇਖੇ ਨਾ। ਮੈਂ ਕਮਾਲ ਹੋ ਗਈ, ਲੈ ਦੱਸ, ਮੈਂ ਕੰਮ ਤਾਂ ਕਰਦੇ ਰਹੀ ਇੱਥੇ, ਅੱਲਾ ਤੈਵੇਂ ਹੀ ਟੁੱਟੀ ਮੇਰੀ। ਆਹੋ ਗੱਲ ਤਾਂ ਸਾਰੀ ਸਹੀ ਆ, ਐਵੇਂ ਬਦਨਾਮ ਕਰਨ ਦੇ ਲੋਕ ਸਾਰੇ ਪੀ ਜਾਂਦੇ ਨੇ ਜੀ, ਇੱਥੇ ਤਾਂ ਮਾਹੌਲ ਖਰਾਬ ਨੇ ਜੀ। ਉਹ ਤੁਸੀਂ ਕਹਿੰਦੇ ਸੀ ਲਵਾਉਂਗਾ, ਫਿਰ ਲਵਾਉਂਗੇ ਤੁਸੀਂ ਸ਼ਾਮ? ਹਾਂਜੀ, ਸ਼ਾਮਾਂ ਹੋ ਗਈਆਂ ਨੇ, ਸ਼ਾਮਾਂ ਪੈ ਗਈਆਂ। ਇੱਕ ਗਾਣਾ ਹੋ ਜਾ, ਦੋ ਗਲਾਸ, ਇੱਕ ਗਾਣਾ ਮੈਂ ਗਾ। ਹਾਂਜੀ ਹਾਂਜੀ ਪਲੀਜ਼। ਉਹ ਕਹਿੰਦਾ ਮੈਂ ਤੱਕ ਦੀਆਂ ਰਾਵੇ, ਤੂੰ ਛੇਤੀ ਛੇਤੀ ਆਵੇ, ਹੋ ਮੈਨੂੰ ਤੇਰੇ ਵੇਖਣੇ ਦਾ ਚਾ, ਸਾਵਲਾ ਤੂੰ
ਛੇਤੀ ਖਰਿਆ ਛਾਵਾਂ ਪੈ ਗਈਆਂ ਛਾਵਾਂ ਪੈ ਗਈਆਂ ਭਾਜੀ ਕਮਾਲ ਹੋ ਗਈ ਤੁਸੀਂ ਕਰੋੜਪਤੀ ਕਿੱਥੇ ਤੁਸੀਂ ਤਾਂ ਆਵਾਜ਼ ਪੰਜਾਬ ਦੀ ਦੇ ਮੈਂ ਤਾਂ ਖਾਜ ਪੰਜਾਬ ਦੀ ਵੀ ਰਿਹਾ ਅੱਛਾ ਜੀ ਉਹ ਆ ਜੀ ਵਾਹ ਕੀ ਬਾਤ ਹੁਣ ਮਗਾ ਲਓ ਥੋੜੀ ਥੋੜੀ ਹਾਂ ਮਹਿੰਦਰ ਆਇਓ ਭਾਈ ਤੇ ਕੁਝ ਖਾਓਗੇ ਨਾਲ ਠੁੱਡਿਆਂ ਤੋਂ ਇਲਾਵਾ ਨਾ ਨਾ ਠੁੱਡਿਆਂ ਤੋਂ ਇਲਾਵਾ ਮਤਲਬ ਕੁਝ ਖਾਣ ਨੂੰ ਚਾਹੀਦਾ ਖਾਣ ਨੂੰ ਤਾਂ ਚਾਹੀਦਾ ਹੀ ਆ ਭਾਈ ਮਾੜਾ ਮੋਟਾ ਚੱਲਦਾ ਹਾਂ ਠੁੱਡੇ ਨਾ ਮਹਾਰਾਜ ਮੈਂ ਪਹਿਲਾਂ ਹੀ ਬੜਾ ਔਖਾ ਕਰੀਏ ਜੀ ਸਵਾਲ ਹਾਂ ਜੀ ਸਵਾਲ ਕਰਦੇ ਆ ਚਲੋ ਆਖਰੀ ਹੈ ਫੇਰ ਕਰਾਂ ਫੇਰ ਕਰਾਵਾਂਗੇ ਆਖਰੀ ਕੋਈ ਕੋਈ ਗੱਲ ਨਹੀਂ ਭਾਜੀ ਸਾਨੂੰ ਲਾਲਚ ਨਹੀਂ ਹੈ ਇਹਨਾਂ ਦੀ ਜਿਆਦਾ ਕੋਈ ਚੱਕਰ ਨਹੀਂ ਬ੍ਰੇਕ ਤੋਂ ਬਾਅਦ ਜਿਹੜਾ ਆ ਆਪਾਂ ਮਿਲੇ ਆ ਕਿਉਂਕਿ ਬਾਈ ਹੁਣ ਦੀ ਲੱਤ ਜਿਹੜੀ ਦਰਦ ਹੋਣ ਲੱਗ ਗਈ ਸੀ ਮੈਂ ਕਿਹਾ ਸਿੱਧੀ ਕਰ ਲਾ ਯਾਰ ਚਲੋ ਮੈਂ ਸਾਰ ਲੈਣਾ ਅੱਗੇ ਕਰੀਏ ਜੀ ਸਵਾਲ ਹਾਂ ਜੀ ਪਲੀਜ਼ ਕਰੋ ਜੀ ਇਹ ਆ ਗਿਆ ਤੁਹਾਡੇ ਸਵਾਲ ਐਜੂਕੇਸ਼ਨ ਸਿਸਟਮ ਕਿੱਧਰ ਨੂੰ ਜਾ ਰਿਹਾ ਜੀ ਆਪਸ਼ਨ ਏ ਭੂਆ ਦੇ ਕੋਲ ਆਪਸ਼ਨ ਬੀ ਤਾਏ ਦੇ ਕੋਲ ਆਪਸ਼ਨ ਸੀ ਦੁਬਾਰੇ ਕਰਦਾ ਜੀ ਮੈਂ ਛੀ ਨਿਕਲ ਗਿਆ ਮੂੰਹ ਕੋਈ ਗੱਲ ਨਹੀਂ ਮੈਂ ਬਾਥਰੂਮ ਕਰਾਉਂਦਾ ਹਾਂ ਨਾ ਮੈਂ ਕਿਮਾ ਦਾ ਜਾ ਚੱਕਰ ਆਪਸ਼ਨ ਸੀ ਫਿਰ ਕਿੱਧਰ ਨਹੀਂ ਜਾ ਰਿਹਾ ਆਪਸ਼ਨ ਡੀ ਮੈਂ ਕੀ ਲੈਣਾ ਭਾਜੀ ਉਹਨੂੰ ਪੰਜਾਬੀ 'ਚ ਕੀ ਹੈ ਪੰਜਾਬੀ 'ਚ ਕੀ ਆ ਇਹ ਕੀ ਆ ਇਹ ਐਜੂਕੇਸ਼ਨ ਸਿਸਟਮ ਦਾ ਮਤਲਬ ਕਿ ਆਪਣਾ ਜਿਹੜਾ ਆਇਆ ਪੜ੍ਹਾਈ ਲਿਖਾਈ ਕਿੱਧਰ ਨੂੰ ਜਾ ਰਹੀ ਹੈ ਤੁਹਾਡਾ ਸਿਸਟਮ ਜਿਹੜਾ ਸਰਕਾਰ ਕਹਿ ਰਹੀ ਨੇ ਅਸੀਂ ਬੜਾ ਕੁਛ ਕਰ ਰਹੇ ਹਾਂ ਪੜ੍ਹਾਈਆਂ ਵਾਸਤੇ ਦੇਖੋ ਜੀ ਜਿਹੜੀ ਭੂਆ ਉਹ ਫੁੱਫੜ ਕੋ ਜਾ ਰਹੀ ਹੈ ਜਿਹੜੀ ਮਾਸੀ ਹੈ ਮਾਸੜ ਕੋ ਜਾ ਰਹੀ ਹੈ ਪਰ ਜਿਹੜਾ ਤੁਸੀਂ ਕਿਹਾ ਵੀ ਜਿਹੜਾ ਪੜ੍ਹਾਈ ਲਿਖਾਈ ਵਾਲਾ ਐਜੂਕੇਸ਼ਨ ਆਈ ਇਹ ਕਿਤੇ ਨਹੀਂ ਜਾ ਰਿਹਾ ਜੀ ਉੱਥੇ ਹੀ ਹੈ ਉੱਥੇ ਹੀ ਹੈ ਕਦੋਂ ਦਾ ਇਹ ਮਤਲਬ ਕਹਿ ਲਓ ਵੀ ਜਿਹੜੀ ਕਿਤਾਬਾਂ ਜਿਹੜੀਆਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਪੰਜਵੀਂ ਤੱਕ ਪੜ੍ਹੇ ਆਪਾਂ ਇਹਨਾਂ ਨੇ ਸਫਲਤਾ ਦਾ ਸਾਧਨ ਸਫਲਤਾ ਦਾ ਸਾਧਨ ਜਿਹੜਾ ਆ ਉਹੀ ਕਿਤਾਬਾਂ ਜਿਹੜੀਆਂ ਸਾਡੇ ਦਾਦਿਆਂ ਨੇ ਪੜ੍ਹੀਆਂ ਪੜਦਾਦਿਆਂ ਨੇ ਪੜ੍ਹੀਆਂ ਨੇ ਉਹੀ ਪੜ੍ਹਾਈ ਜਾਂਦੇ ਨੇ ਜੀ ਹੋਰ ਕੁਛ ਨਵਾਂ ਨੁਵਾਂ ਦਾ ਕੁਛ ਜੀ ਉਹ ਕਹਿੰਦੇ ਨੇ ਕਿ ਚਿੜੀ ਜਿਹੜੀ ਆ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਅਤੇ ਉਹ ਜਿਹੜਾ ਕਾਂ ਆ ਹਜੇ ਵੀ ਉਹ ਪਾਣੀ ਦੇ ਵਿੱਚ ਸੱਟੀ ਪਿਆਸਾਈ ਆ ਉਹੀ ਐਜੂਕੇਸ਼ਨ ਸਿਸਟਮ ਆ ਕਿਤੇ ਨਹੀਂ ਗਿਆ ਬਿਲਕੁਲ ਠੀਕ ਆ ਜੀ ਅਤੇ ਇੱਕ ਸਾਨੂੰ ਗਾਈਡਾਂ ਲੱਗੀਆਂ ਜੀ ਗਾਈਡਾਂ ਉਹ ਗਾਈਡਾਂ ਲੱਗੀਆਂ ਮੇਰੇ ਜਵਾਕਾਂ ਨੂੰ ਵੀ ਉਹੀ ਲੱਗੀਆਂ ਹੋਈਆਂ ਜੀ ਸੋ ਕਿਤਾਬਾਂ ਤਾਂ ਲੈਣ ਦੀ ਲੋੜ ਉਹ ਬਸ ਕਹਿ ਲਈਦਾ ਜੀ ਇਹ ਵੀ ਹੋਣਾ ਜੀ ਹਾਂ ਸਫਲਤਾ ਦਾ ਸਾਧਨ ਉਹ ਗਾਈਡਾਂ ਉਹੀ ਚੱਲੀ ਜਾਂਦੀਆਂ ਨੇ ਗਾਈਡਾਂ ਜੀ ਗਾਈਡਾਂ ਕੋਈ ਲੈਣਾ ਦੇਣਾ ਨਹੀਂ ਕੁਛ ਵੀ ਨਹੀਂ ਚੱਲ ਰਿਹਾ ਸਕੂਲਾਂ ਦੇ ਵਿੱਚ ਐਵੇਂ ਡਰਾਮੇ ਕਰਦੇ ਆ ਪਏ ਜੀ ਸਾਰਾ ਕੁਛ ਇੱਦਾਂ ਹੀ ਜੀ ਬਿਲਕੁਲ ਜੀ ਫੀਸਾਂ ਇੱਕ ਜਿਹੜਾ ਇੱਕ ਲੁੱਟਣ ਦਾ ਇੱਕ ਸਾਧਨ ਬਣਾਇਆ ਹੋਇਆ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਇਹ ਤੁਸੀਂ ਜਿਹੜਾ ਮੈਨੂੰ ਕਿਹਾ ਤੁਸੀਂ ਮੈਨੂੰ ਪੈਸੇ ਦਿਓਗੇ ਨਾ ਹੁਣ ਇਹਦੇ ਕਹਿਣ ਹਾਂ ਬਿਲਕੁਲ ਤੁਸੀਂ ਜਿੱਤ ਕੇ ਤਾਂ ਪੈਸੇ ਮਿਲ ਜਾਣੇ ਤੁਹਾਨੂੰ ਬਸ ਠੀਕ ਹੈ ਐਂਡ ਦੇ ਉੱਪਰ ਇੱਕ ਸਵਾਲ ਕਰਨਾ ਜੀ ਹਾਂਜੀ ਕਰ ਲਓ ਤੁਸੀਂ ਕਹਿੰਦੇ ਜੇ ਤੁਹਾਡੇ ਜਿਹੜੇ ਭਤੀਜੇ ਉਹ ਕੈਨੇਡਾ ਅਮਰੀਕਾ 'ਚ ਗਏ ਹੋਏ ਤੁਸੀਂ ਵੀ ਜਾ ਕੇ ਆਏ ਹੋ ਉਹ ਬਸ ਜੀ ਬਸ ਮੈਂ ਜਾ ਗਿਆ ਸੀ ਜੀ ਪਹਿਲਾਂ ਅੱਛਾ ਤੇ ਉੱਥੇ ਹੋਇਆ ਜੀ ਕੰਮ ਜਿਹਾ ਹਾਂ ਹਾਲਾਤ ਭੰਨੀ ਗਈ ਮੇਰੇ ਥੋੜੇ ਭਤੀਜੇ ਜਿਹੜੇ ਆ ਉਹ ਕਹਿੰਦੇ ਕੈਨੇਡਾ ਵਿੱਚ ਆ ਤੁਸੀਂ ਗਏ ਕਦੇ ਹਾਂਜੀ ਹਾਂਜੀ ਭਾਜੀ ਉੱਥੇ ਗਿਆ ਜੀ ਮੈਂ ਗਿਆ ਰਿਹਾ ਜੀ ਮੈਂ 6 ਮਹੀਨੇ ਲਾ ਕੇ ਆਇਆ ਮੇਰੀ ਉੱਥੇ ਹੋਇਆ ਜੀ ਕੰਮ ਜਿਹਾ ਅੱਛਾ ਅੱਛਾ ਉੱਥੇ ਹੋ ਗਿਆ ਹਾਂਜੀ ਹਾਂਜੀ ਉਹ ਮੇਰੇ ਦਰਸ਼ਕਾਂ ਦਾ ਸਵਾਲ ਆ ਜੀ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਖੱਬੇ ਹੱਥ ਨਹੀਂ ਕੱਢ ਦਿੰਦੇ ਇੱਧਰ ਨੂੰ ਹਾਂਜੀ ਖੱਬੇ ਮੁੜਨਾ ਆਪਾਂ ਖੱਬੇ ਕੱਢ ਲੈਂਦੇ ਸੱਜੇ ਮੁੜਨਾ ਆਪਾਂ ਸੱਜੇ ਕੱਢ ਲੈਂਦੇ ਹਾਂਜੀ ਹਾਂਜੀ ਇੱਦਾਂ ਨਾ ਜੀ ਉੱਥੇ ਵੀ ਉੱਥੇ ਕੀ ਸਿਸਟਮ ਉੱਥੇ ਨਹੀਂ ਹੈਗਾ ਜੀ ਇੱਦਾਂ ਦੇਖੋ ਮੈਂ ਇੱਕ ਦਿਨ ਕਿਉਂਕਿ ਕੰਮ ਤੇ ਹੁੰਦੇ ਨੇ ਭਤੀਜੇ ਹੋਣੀ ਕੰਮ ਤੇ ਹੁੰਦੇ ਨੇ ਮੈਨੂੰ ਕਹਿੰਦੇ ਰੋਟੀ ਜਿਹੜੀ ਫਰਿੱਜ 'ਚ ਪਈ ਆ ਜਾ ਕੇ ਠੰਡ ਗਰਮ ਗਰਮ ਕਰਕੇ ਖਾ ਲਈ ਐਂ ਕਿਹਾ ਫਿਰ ਕਹਿੰਦੇ ਵੀ ਆਹ ਲੈ ਫਿਰ ਤੂੰ ਜਾ ਕੇ ਘੁੰਮ ਘੁੰਮ ਫਿਰ ਆਈ ਜਾਂ ਕਿੱਦਾਂ ਹਨਾ ਉਹ ਸਕੂਟਰ ਜਿਹਾ ਫੜਾਤਾ ਮੈਨੂੰ ਅਤੇ ਮੈਂ ਜਦ ਰੋਡ 'ਤੇ ਗਿਆ ਵਾਂ ਮੈਂ ਕਿਹਾ ਚੱਲ ਸੱਜ ਜਾਣਾ ਆਪਾਂ ਜੀ ਮੈਨੂੰ ਸਟਰੀਟ ਕਹਿੰਦੇ ਉਹਨੂੰ ਉੱਥੇ ਸੜਕ ਨੂੰ ਸਟਰੀਟ ਕਹਿੰਦੇ ਆ ਮੈਂ ਸੱਜੇ ਨੂੰ ਮੈਂ ਹੱਥ ਕੱਢ ਲਿਆ ਬਸ ਫਿਰ ਉਹ ਕੰਮ ਜਿਹਾ ਹੋ ਗਿਆ ਜੀ ਮੇਰਾ ਅੱਛਾ ਜੀ ਉਹ ਸੱਜੇ ਨੂੰ ਉੱਥੇ ਮਤਲਬ ਉੱਥੇ ਕੀ ਸਿਸਟਮ ਉੱਥੇ ਐਂ ਨਹੀਂ ਨਾ ਹੈਗਾ ਜੀ ਉੱਥੇ ਸਾਰਾ ਐਕਸੀਡੈਂਟ ਹੋ ਜਾਂਦਾ ਹਾਦਸਾ ਹੋ ਗਿਆ ਜੀ ਮੇਰੇ ਨਾਲ ਇੱਥੇ ਠਾ ਮਾਰਿਆ ਜਾ ਕੇ ਪਿੰਡਾਂ ਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਹੀ ਉਹ ਮੂੰਹ ਲਿਆ ਜੀਏ ਕਿ ਹੱਥ ਕੱਢ ਲਿਆ ਤੇ ਆਪਾਂ ਮੁੜ ਗਏ ਇੱਧਰ ਨੂੰ ਹੱਥ ਕੱਢ ਲਿਆ ਇੱਧਰ ਨੂੰ ਮੁੜ ਗਏ ਉੱਥੇ ਉੱਥੇ ਨਹੀਂ ਉੱਥੇ ਆਹ ਕੰਮ ਹੁੰਦਾ ਪਰ ਇੰਨਾ ਆ ਜੀ ਬੰਦੇ ਬੜੇ ਚੰਗੇ ਨੇ ਮੈਨੂੰ ਚੱਕ ਕੇ ਲੈ ਕੇ ਗਏ ਨੇ ਹਸਪਤਾਲ ਲੈ ਕੇ ਗਏ ਮੇਰਾ ਵਧੀਆ ਇਲਾਜ ਕਰਾਇਆ ਅਤੇ ਫਿਰ ਮੈਂ ਰਿਪੋਰਟ ਕਰਦਾ ਜੀ ਰਿਪੋਰਟ ਕਰ ਉਹ ਕਿਉਂ ਬਾਜੀ ਕਹਿੰਦੇ ਵੀ ਰੂਲ ਬਹੁਤ ਫੋਲੋ ਕਰਦਾ ਜੀ ਮੈਂ ਸਿਆਣਾ ਹੀ ਬਹੁਤ ਸੀ ਜੀ ਮੈਂ ਤਾਂ ਸਿਆਣਾ ਬਹੁਤ ਆ ਜੀ ਹਾਂਜੀ 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 ਪਸੀਨਾ ਬਹੁਤ ਨੱਕ ਤੇ ਆਉਂਦਾ ਤੁਹਾਡੇ ਉਹ ਬਾਜੀ ਹੁਣ ਗਰਮੀ ਆ ਹੁਣ ਕੀ ਕਰੀਏ ਏਸੀ ਬੂਸੀ ਹੈ ਨਹੀਂ ਆਪਣੇ ਦੇਸੀ ਬੰਦੇ ਆ ਜੀ ਲਾਈਟ ਕੱਟੀ ਆ ਨਹੀਂ ਸਾਡੀ ਕੁੰਡੀ ਲਾਈ ਹੋਈ ਸੀ ਕੀ ਬਾਤ ਹੈ ਚਲੋ ਜੀ ਪ੍ਰੋਗਰਾਮ ਦਾ ਸਿਲਸਿਲਾ ਹੁਣ ਖਤਮ ਕਰਦੇ ਹਾਂ ਜਿਹੜਾ ਅਗਲੇ ਸਵਾਲ ਆਪਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ ਕਿਉਂਕਿ ਹੁਣ ਟਾਈਮ ਹੋ ਗਿਆ ਪੂਰਾ ਟਾਈਮ ਪੂਰਾ ਹੋ ਗਿਆ ਜੀ ਟੂਰ ਪੂਰਾ ਹੋ ਗਿਆ ਟਾਈਮ ਤੇ ਉਹ ਪੈਸੇ ਦੇ ਦੋ ਮੇਰੇ ਉਹ ਪੈਸੇ ਤਾਂ ਤੁਸੀਂ ਜਦੋਂ ਸਾਰੇ ਸਵਾਲਾਂ ਦੇ ਜਵਾਬ ਦਿਓ ਕਦੋਂ ਮਿਲਣਗੇ ਨਾ ਐ ਨਾ ਕਰੋ ਜੀ ਦੇਖ ਲਓ ਤੁਸੀਂ ਗੱਲ ਕੀਤੀ ਨਾ ਤੁਸੀਂ ਦਾਰੂ ਪਲਾਈ ਨਾ ਤੁਸੀਂ ਕੋਈ ਕਾ ਗੱਲਾਂ ਦਾਰੂ ਬਾਅਦ ਚ ਕਰਦੇ ਆ ਅੱਛਾ ਅੱਛਾ ਦਾਰੂ ਸਿੱਕਾ ਪੂਰਾ ਚੱਲ ਚਲੋ ਹੁਣ ਤਾਂ ਪੰਜਾਬ ਦੇ ਵਿੱਚ ਦਾਰੂ ਸਿੱਕਾ 6 ਮਹੀਨੇ ਪੂਰਾ ਚੱਲਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਵੱਖਰੀਆਂ ਵੱਖਰੀਆਂ ਸਰਕਾਰਾਂ ਆਉਣੀਆਂ ਨੇ
जे लक्षण तुहाडे उही रहे ते फिर उही सरकारां आउणियां ने शराब दे थोड़े वर्गे दे मौजां बहुत लगणियां ने ओ इहदे सारे तों फल लेदी है जी चलो कह दो माड़ा जिहा भाजी कर लो जी बाई जी उहनां नूं वधिया बणाउंदे ने जी प्रोग्राम हां बड़ा वधिया हुंदा ना टोकरा टीवी यूट्यूब चैनल नूं जी चंगा लत्ता जरूर फॉलो करो सबसक्राइब करो शेयर करया करो व्हाट्सएप दे विच बहुत शेयर करया करो कर दिया करो जी एडा कोई जिसनूं चक्कर नहीं हैगा कोई चार पैसे नहीं लगदे थोड़े वधिया आनंद आया तां कर दिया करो नहीं आनंद आया तां कोई चक्कर नहीं फिर भी कर दिया करो ठीक है जी शुक्रिया जी हाँ जी धन्यवाद जी धन्यवाद